ਗਿਆ ਤੇ ਜਦੋਂ ਠੰਡੇ ਬੁਰਜ ਦੇ ਵਿੱਚੋਂ ਸ਼ਹੀਦ ਹੋਣ ਦੇ ਲਈ ਜਾ ਰਹੇ ਸਨ ਤਾਂ ਮਾਤਾ ਧੰਨ ਮਾਤਾ ਗੁਜਰ ਕੌਰ ਜੀਆਂ ਨੇ ਉਹਨਾਂ ਦੇ ਉੱਪਰ ਦਮਾਲੇ ਸਜਾਏ, ਕਲਗੀਆਂ ਸਜਾਈਆਂ ਅਤੇ ਇਹ ਆਖਰੀ ਮਿਲਣੀ ਸੀ ਮਾਤਾ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ। ਉਹ ਪਰਿਵਾਰ ਜੋ ਸਰਸਾ ਦੇ ਕਿਨਾਰੇ ਦੇ ਉੱਪਰ ਇਕੱਠਾ ਸੀ, ਅੱਜ ਉਹ ਸਾਰਾ ਪਰਿਵਾਰ ਸ਼ਹੀਦ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਹ ਰਾਏ ਕੱਲੇ ਦੇ ਕੋਲ ਰਾਏਕੋਟ ਵਿਖੇ ਪਹੁੰਚ ਗਏ, ਜਿੱਥੇ ਅੱਜ ਗੁਰਦੁਆਰਾ ਟਾਹਲੀਆਣਾ ਸਾਹਿਬ ਸੁਸ਼ੋਭਿਤ ਹੈ। ਤਾਂ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਣ ਦੇ ਲਈ ਜਾਂਦੇ ਹਨ ਤਾਂ ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ, ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ, ਭੁੱਲ ਜਾਵੀਂ ਹੁਣ ਪੋਤਿਆਂ ਨੂੰ ਲਾਡ ਲਡਾਉਣਾ, ਨਾ ਉਡੀਕੀ ਦਾਦੀਏ ਅਸੀਂ ਮੁੜ ਨਹੀਂ ਆਉਣਾ। ਠੰਡੇ ਪੁਰਜ ਚ ਬੈਠੀ ਦਾਦੀ ਸ਼ਗਨ ਕਰੇ, ਠੰਡੇ ਪੁਰਜ ਚ ਬੈਠੀ ਦਾਦੀ ਸ਼ਗਨ ਕਰੇ, ਯੋਰਾਵਰ ਫਤਿਹ ਸਿੰਘ ਕੋੜੀ ਚੜੇ। ਅੱਜ ਦੇ ਦਿਨ 13 ਪੋਹ ਨੂੰ ਸਰਹੰਦ ਵਿਖੇ ਸੂਬਾ ਸਰਹੰਦ ਵਜ਼ੀਰ ਖਾਂ ਝੂਠਾ ਨੰਦ ਨੇ, ਕਾਜੀ ਨੇ ਸ਼ਰੀਆ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ। ਉਸ ਸਮੇਂ ਜੇਲ੍ਹ ਦੇ ਵਿੱਚ ਵਜ਼ੀਰ ਖਾਂ ਦੇ ਕੋਲ ਕੈਦ ਸਮਾਣੇ ਦੋ ਦੋ ਜਲਾਦ, ਸਾਸਲ ਬੇਗ ਅਤੇ ਬਾਸਲ ਬੇਗ ਜੋ ਸਜਾਵਾਂ ਕੱਟ ਰਹੇ ਸਨ ਉਹਨਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਉਹ ਦੀਵਾਰ ਜੋ ਇਸ ਦੀਵਾਰ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਦੀਵਾਰ ਚਿਣੀ, ਅਤੇ ਉਹ ਦੀਵਾਰ ਜਦੋਂ ਸਾਹਿਬਜ਼ਾਦਿਆਂ ਦੇ ਗੋਡਿਆਂ ਤੱਕ ਆਈ ਤਾਂ ਉਹਨਾਂ ਨੇ ਇੱਟ ਭੰਨਣ ਦੀ ਥਾਂ ਸਾਹਿਬਜ਼ਾਦਿਆਂ ਦੇ ਜੋ ਗੋਡਿਆਂ ਸਨ, ਜੋ ਗੋਡਿਆਂ ਦੀਆਂ ਚੱਪਣੀਆਂ ਸਨ, ਉਹਨਾਂ ਨੂੰ ਛਿੱਲ ਦਿੱਤਾ। ਤਸੀਹੇ ਦੇ ਕੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਦੀਵਾਰ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ। ਜਦੋਂ ਉਹ ਦੀਵਾਰ ਡਿੱਗੀ ਤਾਂ ਸਾਹਿਬਜ਼ਾਦਿਆਂ ਦੇ ਸਾਹ ਜੋ ਸਨ ਉਹ ਚੱਲ ਰਹੇ ਸਨ, ਤਾਂ ਇਹ ਦੋ ਜਲਾਦ ਜੋ ਸਮਾਣੇ ਦੇ ਸਾਸਲ ਬੇਗ ਅਤੇ ਬਾਸਲ ਬੇਗ, ਇਹਨਾਂ ਨੇ ਸਾਹਿਬਜ਼ਾਦਿਆਂ ਦੀਆਂ ਜੋ ਸਾਹ ਵਾਲੀਆਂ ਰਗਾਂ ਸਨ ਉਹ ਕੱਟ ਦਿੱਤੀਆਂ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਅਤੇ ਇਹ ਖਬਰ ਜਦੋਂ ਧੰਨ ਮਾਤਾ ਗੁਜਰ ਕੌਰ ਜੀਆਂ ਨੂੰ ਪਤਾ ਲੱਗੀ ਠੰਡੇ ਬੁਰਜ ਦੇ ਵਿੱਚ, ਤਾਂ ਸ਼ਾਹੀ ਫੌਜ ਦੇ ਸਿਪਾਹੀਆਂ ਨੇ ਮਾਤਾ ਜੀ ਨੂੰ ਵੀ ਠੰਡੇ ਬੁਰਜ ਦੇ ਵਿੱਚੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ। ਅੱਜ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਹਾੜਾ ਹੈ। ਸੋ ਉਹਨਾਂ ਸ਼ਹੀਦਾਂ ਨੂੰ ਕੋਟਨ ਕੋਟਨ ਵਾਰ ਪ੍ਰਣਾਮ। ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲਹਿ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ,
ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੇ ਖੇਤ। ਮਾਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪ੍ਰਵਾਣੋ। ਮਾਹੇ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਮਾਹੇ ਤੇਰੇ ਪੋਤਰੇ ਸ਼ਹੀਦੀ ਪਾ ਗਏ, ਨੀਹਾਂ ਵਿੱਚ ਆਖਰੀ ਫਤਿਹ ਬੁਲਾ ਗਏ। ਦੋ ਬਣੀਆਂ ਕੀਮਤੀ ਜਿੰਦਾ, ਨੀਹਾਂ ਵਿੱਚ ਆਣ ਖਲੋ ਗਈਆਂ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਲੱਖ ਹਜ਼ਾਰ। ਸਾਹਿਬਜ਼ਾਦਿਆਂ ਨੇ ਉਹ ਦੀਵਾਰਾਂ ਦੇ ਵਿੱਚ ਫਤਿਹ ਬੁਲਾਈ, ਜਕਾਰੇ ਛੱਡੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।